ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ, ਕੀ ਹਾਲ ਚਾਲ ਹੈ? ਠੀਕ ਹੋ? ਮੈਂ ਅੱਜ ਮੈਂ ਕਿਹਾ ਚਲੋ ਤੁਹਾਨੂੰ ਇੱਕ ਚੀਜ਼ ਦਿਖਾਈਏ, ਜਿਹੜੇ ਤਾਂ ਸਾਡੇ ਫਰੈਂਡ ਬਾਹਰਲੇ ਦੇਸ਼ਾਂ 'ਚ ਰਹਿੰਦੇ ਨੇ, ਹੈ ਨਾ, ਉਹਨਾਂ ਨੂੰ ਤਾਂ ਪਤਾ ਹੋਊਗਾ ਇਹ ਗੱਲ, ਪਰ ਪੰਜਾਬ ਵਾਲਿਆਂ ਲਈ ਅਤੇ ਇੰਡੀਆ ਵਾਲਿਆਂ ਲਈ, ਕਿਉਂਕਿ ਇੰਡੀਆ ਵੀ ਬੜੀ ਤਰੱਕੀ ਕਰ ਰਿਹਾ ਇਸ ਟਾਈਮ। ਤੁਸੀਂ ਡਰਾਈਵ ਥਰੂ ਮੈਕਡੋਨਲਡਸ ਦੇਖਿਆ ਹੋਵੇਗਾ, ਅਤੇ ਯੂ ਮਸਟ ਬੀ ਅਵੇਅਰ ਆਫ ਦਿਸ ਮੈਕਡੋਨਲਡਸ ਡਰਾਈਵ ਥਰੂ, ਜਿਹੜਾ ਸਟਾਰਬਕਸ ਹੋ ਗਿਆ, ਕੌਫੀ ਹੋ ਗਈ। ਵਟ ਆਈ ਐਮ ਗੋਇੰਗ ਟੂ ਸ਼ੋਅ ਯੂ ਇਜ਼ ਕੁਆਇਟ ਡਿਫਰੈਂਟ ਥਿੰਗ। ਹੁਣ ਜਿਵੇਂ ਇਸ ਟਾਈਮ ਸ਼ਾਮ ਦੇ 7:30 ਹੋ ਗਏ ਨੇ, ਠੀਕ ਹੈ, ਅਤੇ ਮੈਂ ਇਸ ਵੇਲੇ ਵੈਸਟ ਲੰਡਨ ਦੇ ਵਿੱਚ ਹਾਂ, ਅਤੇ ਤੁਸੀਂ ਇਹ ਲਾਓ ਵੀ ਹੁਣ 7:30 ਬੰਦਾ ਕੰਮਾਂ ਕਾਰਾਂ ਤੋਂ ਆਇਆ, ਅਤੇ ਬੈਂਕ ਦਾ ਕੰਮ ਕਰਨ ਦਾ ਦਿਹਾੜੀਦਾਰ ਬੰਦੇ ਨੂੰ ਕਿੱਥੇ ਮੌਕਾ ਮਿਲਦਾ ਸਾਰੇ ਦਿਨ 'ਚ? ਸੋ ਡਰਾਈਵ ਥਰੂ ਬੈਂਕਿੰਗ ਹੈ, ਇਹ ਮੈਟਰੋ ਬੈਂਕ ਹੈ। ਮੈਂ ਮੈਟਰੋ ਬੈਂਕ ਦੀ ਹੋ ਜਾਏ ਮਸ਼ਹੂਰੀ, ਸਾਨੂੰ ਕੀ ਹੈ, ਚੰਗੀ ਗੱਲ ਹੈ, ਪਰ ਮੈਂ ਤੁਹਾਨੂੰ ਦਿਖਾਉਣਾ ਵੀ ਇਹ ਕਿਵੇਂ ਕੰਮ ਕਰਦੇ ਨੇ। ਰਾਈਟ, ਆ ਗਏ ਆਪਾਂ ਇਹਨਾਂ ਦੇ ਕੋਲੇ, ਤੇ ਹਾਂ ਯਾਰ, ਯੂ ਆਰ ਰਾਈਟ, ਯੈਸ, ਐਕਚੁਅਲੀ ਆਈ ਜਸਟ ਵਾਂਟ ਟੂ ਪੁੱਟ ਸਮ ਕੈਸ਼ ਇਨ ਮਾਈ ਅਕਾਊਂਟ। ਯਾ, ਆਫ ਕੋਰਸ, ਹਾਊ ਮਚ ਯੂ ਲੁਕਿੰਗ ਫੋਰ ਇਨਕਲੇਮ? ਆਈ ਥਿੰਕ ਅਰਾਊਂਡ 1000 ਪਾਉਂਡ। ਸੋਰੀ, ਆਈ ਡਿਡਨਟ ਕੈਚ ਦੈਟ। ਯਾ, ਥੈਂਕ ਯੂ, ਆਮ ਲੀਵਿੰਗ ਮਾਈ। ਆ ਬਸ ਇੱਥੇ ਚੁੱਪ ਕਰਕੇ ਤੁਸੀਂ ਆਪਣੇ ਕਾਰਡ ਰੱਖਣਾ, ਤੇ ਇਹਨਾਂ ਨੂੰ ਪੈਸੇ ਫੜਾ ਦਿਓ। ਦੱਸ ਕੋ ਡਿੱਗ ਗਿਆ। ਥੈਂਕ ਯੂ, ਹੋਲਡ ਔਨ ਹੋਲਡ ਔਨ, ਆਈ ਜਸਟ ਡ੍ਰੌਪ ਸਮ ਮਨੀ। ਕਰ ਲਓ ਭਾਂਡੇ ਕੀ ਨੂੰ ਦੱਸ। ਸੋ ਗੱਡੀ 'ਚੋਂ ਥੱਲੇ ਉਤਰਨ ਦੀ ਲੋੜ ਨਹੀਂ ਹੈਗੀ, ਚੁੱਪ ਕਰਕੇ ਉਹਨਾਂ ਨੂੰ ਕਾਰਡ ਦਿਓ, ਅਤੇ ਯਾ ਇਸ ਦਾ ਨਹੀਂ, ਅਤੇ ਉਹਨੇ ਬੀਬਾ ਨੇ ਇੱਧਰ ਪਾਇਆ, ਉਹਨੇ ਉੱਧਰਲੇ ਪਾਸੇ ਲੈ ਗਈ ਆ, ਅਤੇ ਆਪਾਂ ਟਾਈਮ ਚੈੱਕ ਕਰਦੇ ਹਾਂ। ਵੀਡੀਓ ਵੈਸੇ ਬਣੀ ਰਹੀ ਆ, ਤੁਹਾਨੂੰ ਪਤਾ ਹੀ ਲੱਗ ਜਾਣਾ ਵੀ ਕਿੰਨੇ ਮਿੰਟ ਦੀ ਗੱਲ ਹੈ ਇਹ। ਜਿਵੇਂ ਇੰਡੀਆ ਦੇ ਵਿੱਚ ਕਾਫੀ ਚੀਜ਼ਾਂ ਹੋ ਰਹੀਆਂ ਨੇ, ਮੋਦੀ ਸਾਹਿਬ ਨੇ ਪੂਰੇ ਫੱਟੇ ਚੱਕੇ ਪਏ ਨੇ ਡਿਜੀਟਲ ਇੰਡੀਆ ਦੇ ਵੀ, ਅਤੇ ਰਿਲਾਇੰਸ ਵਾਲਿਆਂ ਨੇ ਇੰਟਰਨੈਟ ਪੂਰਾ ਫੱਟੇ ਚੱਕ ਕੇ, ਦਿਹਾੜੀ ਦੇ 2-2 GB ਸਾਰਿਆਂ ਨੂੰ ਮੁਫ਼ਤ 'ਚ ਮਿਲ ਰਿਹਾ। ਇੱਥੇ ਵੈਸੇ ਇੰਟਰਨੈਟ ਥੋੜ੍ਹਾ ਮਹਿੰਗਾ, ਪਰ ਜਿਹੜਾ ਡਰਾਈਵ ਥਰੂ ਬੈਂਕਿੰਗ ਹੈ, ਇਹ ਇੱਕ ਬੜਾ ਵਧੀਆ, ਮਤਲਬ ਮੈਨੂੰ ਚੀਜ਼ ਲੱਗੀ ਹੈ। ਮੈਂ ਨਹੀਂ ਦੇਖੀ ਹਾਲੇ, ਚੰਡੀਗੜ੍ਹ ਤਾਂ ਨਹੀਂ ਮੈਂ ਦੇਖੀ ਹੈਗੀ ਯਾਰ, ਹੈ ਨਾ, ਹੋਰ ਕਿਸੇ ਵੱਡੇ ਸ਼ਹਿਰ 'ਚ ਹੋਵੇ ਤਾਂ ਤੁਸੀਂ ਦੱਸ ਵੀ ਸਕਦੇ ਹੋ, ਪਰ ਮੇਰੇ ਮੁਤਾਬਕ ਤਾਂ ਮੈਂ ਨਹੀਂ ਦੇਖੀ ਹਾਲੇ ਪੰਜਾਬ 'ਚ ਜਾਂ ਇੰਡੀਆ 'ਚ ਕਿਤੇ। ਸੋ ਦੈਟਸ ਵਾਈ ਆਈ ਐਮ ਸ਼ੇਅਰਿੰਗ ਦਿਸ ਵੀਡੀਓ ਵਿਦ ਯੂ ਗਾਇਜ਼। ਅਤੇ ਗਿਣਦੀ ਆ, ਅਤੇ ਚਲੋ ਕੋਈ ਨਹੀਂ, ਗਿਣ ਲੈਣ ਦੋ। ਸੋ ਇਹ ਗੱਲ ਹੈ, ਕੋਈ ਗਾਣਾ ਸੁਣਾ ਦਈਏ ਨਾਲ, ਇੰਨੀ ਗੱਲ ਐਂਟਰਟੇਨ ਕਰ ਲੈਂਦੇ ਮਾੜਾ ਜਿਹਾ। ਨੁਸਰਤ ਫਤਿਹ ਅਲੀ ਖਾਨ ਜੀ ਨੂੰ ਸੁਣ ਰਿਹਾ ਜੀ ਮੈਂ। ਦੇਖੋ ਜਿਹੜੀ ਨਾ, ਵਿਦੇਸ਼ਾਂ 'ਚ ਬੰਦਾ ਕਿਉਂ ਆਉਂਦਾ, ਬਾਹਰਲਿਆਂ ਦੇਸ਼ਾਂ ਦੇ ਵਿੱਚ ਇੱਕ ਲਾਈਫ ਸਟਾਈਲ ਹੈ। ਤੁਸੀਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਰਹਿ ਰਹੇ ਹੋ, ਉੱਥੇ ਜਿਹੜੀ ਫੈਸਿਲਿਟੀਜ਼ ਮਿਲਦੀਆਂ ਨੇ, ਅਤੇ ਅਸੀਂ ਉਹ ਫੈਸਿਲਿਟੀਜ਼ ਦੇ ਵਿੱਚੋਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਯਾਰ ਸਾਡੇ ਮੁਲਕ 'ਚ ਵੀ ਆਹ ਚੀਜ਼ ਹੋਵੇ, ਸਾਡਾ ਦੇਸ਼, ਸਾਡਾ ਸੂਬਾ ਪਿੱਛੇ ਕਿਉਂ ਹੈ, ਜਾਂ ਉੱਥੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਕਰ ਸਕਦੇ ਹਾਂ, ਰਾਈਟ, ਜਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ। ਸੋ ਇਹ ਇੱਕ ਬੜੀ ਡਰਾਈਵ ਥਰੂ ਬੈਂਕਿੰਗ ਮੇਰੇ ਮਾਇੰਡ 'ਚ ਕਾਫੀ ਦਿਨ ਤੋਂ ਚੱਲਦੀ ਸੀ ਗੱਲ ਇਹ, ਕਿ ਮੈਂ ਤੁਹਾਨੂੰ ਦਿਖਾਵਾਂ ਵੀ ਇਹ ਕਿਵੇਂ ਕਰਦੇ ਨੇ, ਇਹਨਾਂ ਦਾ ਕੀ ਸਿਸਟਮ ਹੈਗਾ। ਸੋ ਦੈਟਸ ਵਾਈ ਆਈ ਐਮ ਸ਼ੋਇੰਗ ਯੂ। ਨੋ ਨੋ, ਥੈਂਕ ਯੂ ਸੋ ਮਚ, ਥੈਂਕ ਯੂ, ਯੂ ਟੂ ਹੈਵ ਅ ਲਵਲੀ ਈਵਨਿੰਗ ਅਹੈਡ, ਥੈਂਕ ਯੂ। ਲਓ ਜੀ, ਇੰਨੀ ਦੇਰ ਦੀ ਗੱਲ ਸੀ, ਉਹਨੇ ਕਾਰਡ ਦੇ ਰਸੀਦ ਦੇ ਦਿੱਤੀ ਆ, ਐਂਡ ਦੈਟਸ ਇਟ। ਸੋ ਇਹ ਹੈਗੀ ਆ ਡਰਾਈਵ ਥਰੂ ਬੈਂਕਿੰਗ। ਮੇਰੇ ਮਿੱਤਰ ਜਿਹੜੇ ਵੀ ਇਸ ਟਾਈਮ ਤੁਸੀਂ ਇਹ ਵੀਡੀਓ ਦੇਖ ਰਹੇ ਹੋ, ਜੇ ਤੁਹਾਨੂੰ ਵਧੀਆ ਲੱਗਦਾ ਕਿ ਯਾਰ ਵਧੀਆ ਆਈਡੀਆ ਹੈਗਾ, ਜਾਂ ਇਹ ਹੋਰ ਇੰਡੀਆ 'ਚ ਵੀ ਕਰਨਾ ਚਾਹੀਦਾ, ਜਾਂ ਹੋਰ ਤੁਹਾਨੂੰ ਇਹ ਚੀਜ਼ ਇੰਟਰਸਟਿੰਗ ਲੱਗੀ ਹੈ, ਦੈਨ ਯੂ ਕੈਨ ਸ਼ੇਅਰ ਇਟ ਵਿਦ ਯੋਰ ਫਰੈਂਡਸ, ਰਾਈਟ। ਸੋ ਸ਼ੇਅਰ ਦਿਸ ਵੀਡੀਓ ਐਂਡ ਸਟੇ ਇਨ ਚੜ੍ਹਦੀ ਕਲਾ। ਸਤਿ ਸ਼੍ਰੀ ਅਕਾਲ।